ਇੱਕ ਗੱਲ ਦੱਸਣ ਲੱਗਿਆ ਤੁਹਾਨੂੰ ਅੰਦਰਲੀ, ਅੱਗੇ ਗੱਲ ਨਾ ਕਰ ਦਿਓ ਹੁਣ, ਤੁਸੀਂ ਗਾਹਾਂ ਕਰ ਦਿੰਦੇ ਹੋ ਗੱਲ, ਐਵੇਂ ਗੱਲ ਵੱਧ ਜਾਂਦੀ ਹੈ ਫਿਰ। ਉਹ ਅਫਸਰ ਲੱਗੇ ਹੋਏ ਨੇ ਕੁਛ ਸੁਖਬੀਰ ਬਾਦਲ ਨਾਲ, ਕੁਛ ਹਰਸਿਮਰਤ ਨਾਲ। ਮੈਂ ਕਿਹਾ ਕਿਵੇਂ ਹੈ, ਕੀ ਹਾਲਤ ਹੈ? ਕਹਿੰਦੇ ਜੀ ਪੁੱਛੋ ਨਾ, ਰੋ ਕੇ ਸੌਂਦੇ ਨੇ, ਉੱਠ ਕੇ ਰੋਂਦੇ ਨੇ। ਮੈਂ ਕਿਹਾ ਫਿਰ ਕਿਵੇਂ ਹੈ? ਕਹਿੰਦੇ ਜੀ ਖਤਮ ਹੈ ਕੰਮ, ਨਿਬੜਿਆ ਪਿਆ। ਕਹਿੰਦੇ ਆਪਸ 'ਚ ਲੜਾਈਆਂ ਨੇ ਘਰ 'ਚ, ਮੈਨੂੰ ਤਾਂ ਕਿਸੇ ਨੇ ਹੋਰ ਕਿਹਾ। ਕਹਿੰਦੇ ਸੁਖਬੀਰ ਬਾਦਲ ਨੇ ਆਪਣਾ ਜੀਜਾ ਪਾਰਟੀ 'ਚੋਂ ਕੱਢਤਾ, ਮਜੀਠੀਆ ਕਹਿੰਦਾ ਮੈਂ ਆਪਦਾ ਕੱਢਣਾ ਹੁਣ। ਆਪਾਂ ਨੇ ਨਾ ਬਚਪਨ 'ਚ ਬੱਚੇ ਚੀਜ਼ੋ ਚੀਜ਼ੀ ਲੜਦੇ ਦੇਖਿਆ ਵੀ ਆਹ ਚੀਜ਼ ਮੇਰੀ, ਆਹ ਚੀਜ਼ ਮੇਰੀ। ਨਾ ਪੁੱਤ, ਚੀਜ਼ੋ ਚੀਜ਼ੀ ਨਾ ਲੜੋ, ਇਹ ਜੀਜੋ ਜੀਜੀ ਹੋ ਗਏ ਹੁਣ। ਇਹ ਤੁਸੀਂ ਕੀਤਾ ਕੰਮ ਇਹਨਾਂ ਦਾ, ਮੇਰਾ ਇਹ 'ਚ ਕੋਈ ਕਸੂਰ ਨਹੀਂ। ਫਿਰ ਇਹ ਤੁਸੀਂ ਕੀਤਾ, ਮੈਂ ਤਾਂ ਆ ਕੇ ਹੋਕਾ ਹੀ ਦਿੰਦਾ ਬਸ, ਤੁਸੀਂ ਕੰਮ ਕਰ ਦਿੰਦੇ ਹੋ। ਸੋ ਆਹ ਇਹਨਾਂ ਦੀ ਹਾਲਤ ਹੋਈ ਪਈ ਹੈ। ਕਾਂਗਰਸ ਵਾਲਿਆਂ ਦਾ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ। ਕਾਂਗਰਸ ਵਾਲੇ ਤਾਂ ਇੱਕ ਦੂਜੇ ਨੂੰ ਹਰਾਉਣ 'ਤੇ ਲੱਗੇ ਹੋਏ ਹੈ। ਕਾਂਗਰਸ ਦੀ ਜਿਹੜੀ ਹੈ ਨਾ ਹਾਲਤ, ਉਹ ਕੱਛੂ ਕੁੰਮੇ ਅਤੇ ਚੂਹੇ ਦੀ ਦੋਸਤੀ ਵਾਲੀ ਹੈ। ਇੱਕ ਕੱਛੂ ਅਤੇ ਚੂਹੇ ਨੇ ਦੋਸਤੀ ਕਰ ਲਈ, ਕਹਿੰਦੇ ਵੀ ਦੋਸਤੀ ਇਕੱਠੇ ਰਹਾਂਗੇ। ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬੰਨ ਲਈਆਂ ਵੀ ਇਕੱਠੇ ਰਹਾਂਗੇ। ਆ ਗਰਮੀ ਪਈ, ਕੱਛੂ ਨੂੰ ਗਰਮੀ ਲੱਗੀ, ਉਹਨੇ ਇਹ ਤਾਂ ਦੇਖਿਆ ਨਹੀਂ ਮੇਰੇ ਮਗਰ ਚੂਹਾ ਬੰਨਿਆ ਹੋਇਆ, ਸਿੱਧਾ ਟੋਭੇ ਦੇ ਵਿੱਚ ਵੜ ਗਿਆ, ਚੂਹਾ ਡੁੱਬ ਕੇ ਮਰ ਗਿਆ। ਘੰਟੇ ਕੁ ਬਾਅਦ ਜਦੋਂ ਨਿਕਲਿਆ, ਮਰਿਆ ਹੋਇਆ ਚੂਹਾ ਨਾਲ ਖਿੱਚੀ ਫਿਰੇ ਚੂ ਕੱਛੂ, ਉੱਤੇ ਇੱਲ ਫਿਰਦੀ ਸੀ। ਇੱਲ ਨੇ ਦੇਖਿਆ ਚੂਹਾ ਮਰਿਆ ਪਿਆ, ਉਹਨੇ ਝਪੱਟ ਮਾਰ ਕੇ ਪੰਜਿਆਂ ਨਾਲ ਚੂਹਾ ਚੱਕ ਲਿਆ, ਨਾਲ ਕੱਛੂ ਚੱਕਿਆ ਗਿਆ। ਉਹ ਬੰਨੀ ਹੋਈ ਸੀਗੀ ਪੂਛ, 200 ਫੁੱਟ ਤੋਂ ਕੱਛੂ ਡਿੱਗਿਆ, ਕੱਛੂ ਮਰ ਗਿਆ। ਕਾਂਗਰਸ ਵਾਲਿਆਂ ਦੀ ਦੋਸਤੀ ਇਹ ਹੈ, ਇਹ ਦੇਖ ਲੈਣ ਵੀ ਚੂਹਾ ਕੌਣ ਹੈ ਅਤੇ ਕੱਛੂ ਕੌਣ ਹੈ, ਮਾਰਨਗੇ ਇੱਕ ਦੂਜੇ ਨੂੰ ਇਹ ਆਪ ਹੀ। ਮੇਰਾ ਇਹ ਕੋਈ ਕਸੂਰ ਨਹੀਂ ਵੀਰੋ, ਮੇਰਾ ਕੋਈ ਕਸੂਰ ਨਹੀਂ। ਸੋ ਵੀਰੋ, ਇਹਨਾਂ 'ਤੇ ਯਕੀਨ ਨਾ ਕਰਿਓ, ਇਹਨਾਂ ਨੇ ਲੁੱਟ ਕੇ ਖਾ ਲਿਆ ਆਪਾਂ ਨੂੰ।